स्वागत है किसान वीरो तुहाडा अपने यूट्यूब चैनल टिलो डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे हैं उन्होंने रिक्वेस्ट आ कि अपने यूट्यूब चैनल नूं सबसक्राइब कर लिओ ते नाल लग्या बैल आइकॉन का बटन जरूर प्रेस कर लिओ तां जो अपनी हर नवीं आउण वाली वीडियो दा नोटिफिकेशन सब तो पहला तुहानूं मिल सके। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 8427-19817। सत श्री अकाल भाई। सत श्री अकाल जी। हाँ जी भरे, नाम एड्रेस बोल दिए अपना। अपना नाम सेवक सिंह, पिंड हिम्मतपुरा, तहसील निहाल सिंह वाला, जिला मोगा। ते मोबाइल नंबर भाई अपना? मोबाइल नंबर 98150-7975-16। 98150-7975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 -7
किलो दे दूगी 38,000 रुपये किया जाने का मुल तो बाकी गुंजैश वगैरह मौके से हो जाऊगी। लै चलो ब्यूटी वगैरह बहुत ज्यादा बैड के उपर अगे भाई जी दूजे नंबर वाली बैड देखते पे यदि जानकारी की है ਕਿਉਂਕਿ ਹੁਣ ਇਹ ਪਸਮਾ ਵਗੈਰਾ ਸਹੀ ਇਹ ਕਰਦੀ ਪਈ ਹੈਗੀ ਸੂਈ ਨੂੰ ਹੋ ਚੁੱਕਿਆ 4-5 ਘੰਟੇ ਆ ਦੇਖੋ ਪਸਮਾ ਵਗੈਰਾ ਥਾਣਾ ਦਾ ਅਤੇ ਜੋਸ਼ ਦੇ ਵਿੱਚ ਆ ਪੂਰੀ ਜਮਾਂ ਠੀਕ ਹੈ ਜੀ ਅਤੇ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ ਇਹਦਾ ਮੁੱਲ ਕਰਦੇ 45,000 ਰੁਪਏ ਦੁੱਧ ਕਿੰਨਾ ਕਰੇ ਸਹੀ ਆ ਦੁੱਧ ਇਹ ਵੀਰੇ ਜੋ ਘਰ ਵਾਲੇ ਦਾ 14 ਲੀਟਰ ਦੇ ਦਿੱਤਾ 15 ਮਹੀਨੇ ਸੂਏ ਠੀਕ ਹੈ ਆਪਾਂ 14 ਲੀਟਰ ਹੀ ਹੁਣ ਕਪੈਸਟੀ 15 ਲੀਟਰ ਦੇ ਦੂਗੀ ਦੇ ਦੂਗੀ ਅਤੇ ਮੁੱਲ 45,000 ਹਾਂ ਖੋਲਿਓ ਬਾਹਰ ਨੂੰ ਸਰ ਦੂਸਰਾ ਸੂਆ ਸੂਈ ਆ ਮੁੱਲ 45,000 ਥਣ ਬਾਹਲਾ ਹੀ ਕੰਮ ਦਾ ਲੱਗਿਆ ਹੋਇਆ ਚੰਗਾ ਦੇਖ ਸਕਦੇ ਮਿਲਕ ਮੈਂ ਦੇਖੋ ਪੂਰੀ ਚੰਗੀ ਸੋਹਣੀ ਜਾਂਦੀ ਪਈ ਬਾਕੀ ਨਾੜਾ ਵਗੈਰਾ ਵੀ ਚੰਗੀਆਂ ਦਿਖਾਈ ਦਿੰਦੀਆਂ ਪਈਆਂ ਥਣ ਬਹੁਤ ਕੰਮ ਦਾ ਬੇਕਮਾਲ ਲੱਗਿਆ ਹੋਇਆ ਦੇਖ ਸਕਦੇ ਹੋ ਪੂਰੇ ਚਾਰੇ ਥਣ ਨਿਕਲਣੇ ਗੈਪ 'ਤੇ ਪੂਰਾ ਮੁੱਠੀ ਵਾਲਾ ਫੁੱਲ ਸਾਰੇ ਦਾ ਥਣ ਲੱਗਿਆ ਮੁੱਲ 45,000 ਇਹਦੇ ਵਿੱਚ ਥੋੜ੍ਹੀ ਬਹੁਤੀ ਗੁਜਾਇਸ਼ ਹੋ ਜੂਗੀ ਦੂਸਰਾ ਸੂਆ ਤਾਜ਼ੀ ਸੂਈ ਆ ਸਵੇਰ ਸੂਈ ਆ ਅਤੇ ਜੇਰ ਵਗੈਰਾ ਸਹੀ ਪੈ ਗਈ ਪੂਰੀ ਵਧੀਆ ਬਾਈ ਵੀਡੀਓ ਹੈਗੀ ਆਪਣੇ ਕੋਲ ਬਾਕੀ ਜੇਰ ਉਹ ਪਈ ਆ ਦੇਖ ਦਿਖਾ ਦੇ ਵੀਡੀਓ ਠੀਕ ਹੈ ਛਿੱਟੀ ਨਹੀਂ ਵਾਲੇ ਫਿਰ ਜੇਰ ਇਹਦੀ ਆ ਪਈ ਆ ਦੇਖ ਸਕਦੇ ਹੋ ਜੇਰ ਪੈ ਗਈ ਤੋੜ ਦੋ ਆਹ ਥਣ ਲੇਵਾ ਦੇਖੋ ਇਹਦਾ ਪੂਰਾ ਚੰਗਾ ਜੋਸ਼ ਵਾਲਾ ਹਵਾਨਾ ਹੈਗਾ ਮੁੱਲ 45,000 ਇਹ ਜੋ ਗੈਸ ਮਾੜੀ ਮੋਟੀ ਹੋ ਜੂ ਹਾਂਜੀ ਬੇਟੇ ਤੀਜੇ ਨੰਬਰ ਵਾਲੇ ਦੇਖਦੇ ਪਏ ਆਪਾਂ ਇਹ ਤੀਜਾ ਹੈ ਬਾਈ ਆਪਣੇ ਤੱਕ ਮੁਤਾਬਕ ਤੀਜਾ ਸੂਸ ਹੁੰਦੀ ਉਹਨਾਂ ਦਾ ਦੂਜਾ ਕਿਹਾ ਆਪਾਂ ਨੂੰ ਤੀਜਾ ਸੂ ਹੈਗੀ ਬੋਡੀ ਵੇਟ ਦਾ ਹਾਂਜੀ 12 ਦਿਨ ਦੀ ਉਹਨਾਂ ਦਾ ਕਹਿਣ ਮੁਤਾਬਕ ਜੀ ਆਪਾਂ 12 ਤੋਂ 15 ਦਿਨ ਇਹ ਲਊਗੀ 15 ਦਿਨ ਲੈ ਜੂਗੀ ਦੁੱਧ ਕਿੰਨਾ ਕਿਤੇ 17 ਲੀਟਰ ਉਹ ਗਰੰਟੀ ਉਹ ਤੇ 18 ਲੀਟਰ ਦੀ ਗਰੰਟੀ ਹੈ ਇਹ 18 ਚੋਇਆ ਸੀ ਚੋਇਆ ਦੇ ਦੂ ਫਿਰ ਇਹਨਾਂ ਦਾ ਨਾਰਮਲ ਦੇ ਹੋਣਾ ਕਿ ਤੇ ਮੁੱਲ ਇਹਦਾ ਕੀ ਕਰਦੇ ਆ ਬਹੁਤ ਪ੍ਰਾਇਆ ਦਾ ਰੇਟ ਇਹਦੇ 45,000 ਰੁਪਏ ਫਿਰ ਰੇਟ ਇਹਦੇ 45,000 ਦਾ ਦੁੱਧ ਚੰਗਾ ਦੇ ਦੂ ਕੱਚੀ ਜ਼ਰੂਰ ਵਾਲੇ 15 ਦਿਨ ਦੀ ਤੇ ਬਾਕੀ ਲੇਵਾ ਲੂਗਾ ਸਾਫ ਸੁਥਰਾ ਦੇਖ ਸਕਦੇ ਥਾਣ ਥੋਂ ਬਹੁਤ ਚੰਗਾ ਦੇਖ ਨਾਲਾ ਵਗੈਰਾ ਪੂਰੇ ਚੰਗਾ ਗਿਣਤੀ ਵਾਲਾ ਕੰਮ ਹੋਇਆ ਪਿਆ ਪੂਰੇ ਸਾਫ ਸੁਥਰੇ ਨਿਕਲਵੇਂ ਥਾਣ ਹੋਵਨੇ ਜੀ ਆ ਦੇਖ ਸਕਦੇ ਤੇ ਮੁੱਲ ਇਹਦਾ ਵੀ 45,000 ਤੋੜਦੇ ਫਿਰ ਬਾਹਰ ਨੂੰ ਬਈ ਜੀ ਸੋਰ ਇਹ ਹੈ ਕਿ ਤੀਜੇ ਨੰਬਰ ਵਾਲੀ ਸੂਆ ਤੀਜੇ ਹੈ ਜਮਾ ਇਹਨੂੰ ਹੁਣੇ ਸੋਰ ਤੀਜੇ ਨੰਬਰ ਵਾਲੀ ਵੈੜ ਤੀਜਾ ਸੂਆ ਸੁਣਦੀ ਆ 15 ਦਿਨ ਲੈ ਜਾਣੇ ਮੁੱਲ 45,000 ਦੁੱਧ 17-18 ਕਿਲੋ ਆਰਾਮ ਨਾਲ ਦੇ ਦੂਗੀ ਆ ਦੇਖ ਸਕਦੇ ਲੀਵਰ ਵਗੈਰਾ ਬਣਤਰ ਚੰਗੀ ਆ ਢਿੱਲ ਢੁੱਲ ਬਹੁਤ ਵਾਲੇ ਕਿਉਂਕਿ ਸੂਣ 'ਚ ਕੁਝ ਦਿਨ ਪਏ ਆ ਆ ਨਾੜਾ ਵਗੈਰਾ ਦੇਖ ਸਕਦੇ ਆਰਡਰ ਦੀ ਚੰਗੀਆਂ ਦੁੱਧ ਵਾਲੇ ਵੀ ਅਫਸਾ ਪੂਰੇ ਜਮਾ ਸੋ ਇਹ ਸੀਗੀ ਤੀਜੇ ਨੰਬਰ ਵਾਲੀ ਕੱਦ ਘੜ ਬਹੁਤ ਰਵੜਾ ਕੋਈ ਛੋਟੀ ਵਗੈਰੀ ਹੈ ਨਹੀਂ ਕਿਸੇ ਪਾਸੇ ਚੰਗੀ ਜਾਨ ਵਾਲੀ ਆ ਸਭਰ ਪਿੰਡ ਹਿੰਮਤਪੁਰਾ ਦੋ ਗੱਬਣਾ ਤੇ ਇੱਕ ਸੂਈ ਹੋਈ 3 ਨਾਗ ਜਰਸੀਆਂ ਕਵਰ ਕਰ ਚੁੱਕੇ ਹਾਂ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ 'ਤੇ ਕੰਟੈਕਟ ਕਰਕੇ ਖਰੀਦਦਾਰੀ ਕਰ ਸਕਦੇ ਸੋ ਬਣੇ ਰਹੇ ਆਪਣੇ ਯੂਟਿਊਬ ਚੈਨਲ 'ਤੇ ਲੋੜੇਰੀ ਫਾਰਮ ਬਰਨਾਲਾ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ